MG ਦੀਆਂ ਗੱਡੀਆਂ ਬਹੁਤ ਪੁਰਾਣੀਆਂ ਵੀ ਜਿਹੜੇ ਵਿਊ ਚ ਬਾਈ ਨਜ਼ਾਰੇ ਆ ਨਾ ਐਵਰਲੇ ਵੀ ਇਹਨੂੰ ਕੋਈ ਵੀ ਰਾਹ ਨਹੀਂ ਹੈਗਾ ਸਰ ਹਾਏ ਹਾਏ ਆ ਲੈਟਰ ਉਟਾ ਕਿਊਟ ਗੱਡੀਆਂ ਆ ਗਈਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਸਭ ਦਾ ਨਵੀਂ ਵੀਡੀਓ ਦੇ ਵਿੱਚ ਸੋ ਪਿਛਲੀਆਂ ਵੀਡੀਓ ਤੁਸੀਂ ਦੇਖੀ ਹੋ ਜਸਲੇ ਮੇਰੇ ਵਗੈਰਾ ਘੁੰਮ ਪਏ ਆ ਇੱਦਾਂ ਘੁੰਮ ਘੁੰਮ ਪਏ ਆਪਾਂ ਚੱਲੇ ਹੈਗੇ ਹਾਂ ਹੁਣ ਉਹਦੇ ਪਰ ਘੁੰਮ ਰਹੇ ਹਾਂ ਅਤੇ ਅੱਗੇ ਅੱਗੇ ਦੇਖੋ ਅਤੇ ਇਹ ਹੈਗਾ ਜੀ ਇਹਨਾਂ ਦੇ ਪੰਪ ਸ਼ੈੱਲ ਦੇ ਪੰਪ ਨੇ ਪੁਰਾਣੇ ਟਾਈਮਾਂ ਦੇ ਤਕੜੀਆਂ ਤਕੜੀਆਂ ਗੱਡੀਆਂ ਖੜੀਆਂ ਅੰਦਰ ਦਿਖਾਉਂਦੇ ਹਾਂ ਮੇਰਾ ਪੰਪ ਦਿਖਾਉਂਦਾ ਇੱਧਰ ਆ ਗਿਆ ਸੀ ਚਲੋ ਅੰਦਰ ਚੱਲੀਏ ਹੁਣ ਆਪਾਂ ਵੀ ਹੈ ਕਿ ਸਭ ਤੋਂ ਰਿਵਾਜ਼ ਜੀ ਆ ਮੇਜਰ ਦੇਖੋ ਜੀ ਸਾਰੀਆਂ ਗੱਡੀਆਂ ਇੱਕ ਪਾਸੇ ਆ ਵਿਚਾਲੇ ਝੋਟਾ ਖੜਾ ਇੰਜਣ ਦੇਖੋ ਕਰ ਇਹਦਾ ਬੜੀ ਵੱਡੀ ਗੱਡੀ ਹੈ ਯਾਰ ਇਹਦਾ ਕੁਛ ਨਾ ਕੁਛ ਲਿਖਿਆ ਹੀ ਹੋਊਗਾ ਇਹਦਾ ਮਾਡਲ ਹੈਗੀ ਆ 1934 ਦੀ ਆ ਇਹ ਬਾਕੀ ਇਨਫੋਰਮੇਸ਼ਨ ਨੇ ਉਹ ਰੋਲਸ ਰੋਇਆ ਮੈਂ ਵੀ ਕਹੀ ਆ ਨਾ ਐਡੀ ਵੱਡੀ ਕਿੱਧਰੋਂ ਹਾਂ ਬਾਈ ਪ੍ਰੀਤ ਆਪਣੇ ਟਰੈਕਟਰ ਦਾ ਬਹੁਤ 55 ਪਾਵਰ ਦੇਖੇ ਹੁਣ ਗੱਡੀ ਖੜੀ ਆ ਬਾਈ ਨਿੱਕੀਆਂ ਨਿੱਕੀਆਂ ਕਲਿੱਪਾਂ ਦੇਖੀ ਚੱਲੋ ਗੱਡੀਆਂ ਦੀਆਂ ਅੰਦਰ ਚੱਲ ਜਾ ਨਹੀਂ ਸਕਦੇ ਹੈਗੇ ਪਰ ਅੰਦਰੋਂ ਤਾਂ ਚੱਲ ਪੁਰਾਣੀ ਲੁੱਕੀ ਹੋਣੀ ਆ ਇੱਥੋਂ ਦੇਖਣ ਵਾਲੀ ਜਿਹੜੀ ਚੀਜ਼ ਪਰ ਪਿੱਛੇ ਇੱਕ ਪਿੱਛੇ 'ਚ ਨਿਕਲਣ ਚਾਹੀਦੀ ਸੀ 105 ਹੌਸ ਪਾਵਰ ਗੱਡੀ ਕਿਹੜੀ ਹੈ ਇਹ ਕਿਆ ਬਾਤ ਹੈ ਤਾਂ ਪਤਾ ਨਹੀਂ 1989 ਸ਼ੀਸ਼ਿਆਂ ਦੇ ਵਾਈਪਰ ਹੈ ਇਹਦੇ ਹਾਂ ਪੜਿਓ ਗੱਡੀ ਦਾ ਆਪੀ ਸਮਝ ਗਿਆ ਹੁਣ ਵੀ ਕੀ ਖੜਾ ਹੁਣ ਇੱਕ ਮਿੰਟ ਦੇਖੋ ਕਰਾ ਕੀ ਆ ਬਈ ਇਹ ਹੈ ਕੀ ਹੈ ਓਏ ਹੋਏ 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 ਇਹਦਾ ਬਾਈ ਦੂਜਾ ਵਾ ਟਰੱਕ ਪਿੱਛੇ ਖੁੱਲ੍ਹਾ ਹੀ ਆ ਓਪਨ ਵਾਡੀ ਆ ਪਤੰਦਰ ਸਾਰੀ ਰੋਲਸ ਰੋਇਆਂ ਚੱਕੀ ਫਿਰਦੇ ਆ ਥੱਲੇ ਸਰਵਿਸ ਨੂੰ ਬਣਾਇਆ ਲੱਗਦਾ ਮੈਨੂੰ ਗੱਡੀ ਗੱਡੀ ਵੱਡੀ ਕਰੇ ਤੂੰ ਆ ਗੱਡੀ ਗੱਡੀ ਆ ਪ੍ਰੀਤ ਇਹ ਦੇਖ ਆਏ ਹਾਏ 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 ਰੰਗ ਵੀ ਲਿਸ਼ਕੋਰਾ ਮਾਰਦਾ ਪੂਰਾ ਐਵੇਂ ਨਹੀਂ ਕਹਿੰਦੇ ਰੋਲਸ ਰੋਏ ਰੋਲਸ ਰੋਲਸ ਕਿਹੜੀ ਹੁੰਦੀ ਆ ਰੋਲਸ ਰੋਲਸ ਲੈਟਾਂ ਦੇਖੋ ਯਾਰ ਕਿਹੜੀ ਕੰਪਨੀ ਦੀਆਂ ਲੱਗੀਆਂ ਆਪਦੀ ਹੀ ਆ ਪਰ ਰੋਲਸ ਰੋਏ ਤਾਂ ਸਾਰੀ ਹੈਂਡਮੇਡ ਬਣਦੀ ਹੈ ਯਾਰ ਸਰ ਯਾਰ ਇਹਨਾਂ ਨੂੰ ਦੇਖ ਦੇਖਦਾ ਜੀ ਨਹੀਂ ਭਰਦਾ ਕਿਹੜਾ ਮਾਡਲ ਆ ਇਹ ਆ ਦੇ 1934 ਅਤੇ ਯਾਰ ਸਾਰੀਆਂ ਇਕੱਠੀਆਂ ਕਰਕੇ ਲੈ ਜਾਣਾ ਰੋਲਸ ਰੋਇਸ ਆ ਵੀ ਪਰ ਨਹੀਂ ਨਹੀਂ ਉੱਧਰ ਸੀ ਇਹ ਤਾਂ ਗੱਡੀ ਇੱਕ ਲੈ ਗਏ ਉੱਧਰੋਂ ਗੱਡੀ ਲੈ ਗਏ ਉਹ ਮੈਂ ਦੇਖੀ ਜਾਂਦਾ ਮੈਂ ਕਿਹਾ ਇੱਧਰ ਰੋਲਸ ਰੋਇਸ ਲਿਖਿਆ ਇੱਧਰ ਵਾਲਾ ਕਿਹੜਾ ਲੈ ਖੜਾ ਉਹ ਟਾਈਮ ਦੇ ਹਾਰਨ ਆ ਨਾ ਹੁਣ ਚੱਲਦੇ ਆ ਰੂਟਸ ਰਿਲੇਟਡ ਕਿਹੜੀਆਂ ਕਿਹੜੇ ਟਾਈਮ ਦੀ ਆ ਇਹ ਕਦੋਂ ਦੀ ਆ ਸੋਰੀ ਇੱਧਰ ਸੀਗਾ ਕਿਹੜਾ ਵਾ 1934 ਦੀ ਗੱਡੀ ਆ ਅਤੇ ਲਾਈਟਾਂ ਦੇਖ ਸਕਦੇ ਹੋ ਯੂਨਾਈਟਿਡ ਕਿੰਗਡਮ ਆ ਸਾਈਡ ਤੇ ਸਪੇਅਰ ਵੀਲਸ ਆ ਸਟਿੱਪਣੀਆਂ ਕਿਹੜੇ ਵਿੰਡੋ ਕਵਰ ਕਿਹੜੇ ਯਾਰ ਤੁਹਾਨੂੰ ਟਾਇਰ ਟੂਰ ਇੱਧਰ ਦਿਖਾ ਦੇਖੋ ਪਰ ਗੱਡੀ ਵੱਡੀ ਬਹੁਤ ਆ ਪਿੱਛੋਂ ਯਾਰ ਖੋਲ੍ਹਣਾ ਚਾਹੀਦਾ ਇਹਨਾਂ ਨੂੰ ਵੀ ਪਿੱਛੋਂ ਵੀ ਦੇਖ ਸਕੇ ਬੰਦਾ ਚਲੋ ਟ੍ਰਾਂਸਮਿਸ਼ਨ 4 ਪਲੱਸ ਮੈਨੂਅਲ ਪਰ ਨਿਕਲ ਦੇਖ ਲਓ 4 ਪਲੱਸ ਮੈਨੂਅਲ ਹਾਂ ਲਾਈਟਾਂ ਨੂੰ ਟਾਂ ਕੋਈ ਵਿਚਾਲੇ ਉਹਦਾ ਬੋਰਡ ਹੋਊਗਾ ਜਿਹੜੇ ਬੰਦੇ ਨੇ ਲਈ ਹੋ ਆਹ ਦੇ ਲਾਈਟਾਂ ਨਿੱਕੀਆਂ ਨਿੱਕੀਆਂ ਹੀ ਆ ਆਹ ਲਾਈਟ ਪਾਲੀ ਜੋ ਕਰਨਾ ਹੈ ਯਾਰ ਇਹਦੇ ਵਿੱਚ ਹੁਣ ਤੱਕ 19 ਦਾ ਰਿਮ ਨਹੀਂ ਹੁੰਦਾ ਕਿਸੇ 15-16-17 ਹੁੰਦਾ ਰਿਮ ਟਾਇਰ ਦਾ ਸਾਈਜ਼ ਦੇਖੋ ਤੁਸੀਂ 7-19 ਟਰੈਕਟਰ ਦੇ ਹੁੰਦੇ ਆ ਟਾਇਰ ਮੀਟਰ ਮੂਟਰ ਦੇਖੋ ਸਾਰੇ ਸਟੀਅਰਿੰਗ ਐਡਜਸਟਮੈਂਟ ਗਿਰਿਆ ਹਾਂ ਸਟੀਅਰਿੰਗ ਦੇ ਵਿੱਚ ਹੀ ਹੋਰ ਇਹ ਦੂਜੇ ਕੰਟਰੋਲ ਕੰਟਰੋਲ ਜੀ ਸਾਈਡ ਤੇ ਕੰਟਰੋਲ ਹੈ ਬਹੁਤ ਪੁਰਾਣੀ ਗੱਡੀ ਉੱਤੇ ਇੰਜਨ ਹਾਂ ਦਾ ਬਲੌਕ ਦੇ ਵਿੱਚ ਵੀ ਲੱਗਿਆ ਦੇਖੋ ਉਹ ਦੇ ਸਾਹਮਣੇ ਇੰਜਨ ਹੀ ਬਹੁਤ ਤਕੜਾ ਨਿਕਲ ਨੁਕਲ ਕਿਵੇਂ ਖੜਾ ਟਾਇਰਾਂ ਦੇ ਵਿੱਚ ਹਾਓ ਕਮਾਣੀਆਂ ਕਵਰ ਆ ਬਈ ਆ ਪਤਾ ਨਹੀਂ ਕੀ ਆ ਗਿਆ ਇਹ ਹੈਗੀ ਆ ਬਈ ਸੋਰੀ ਇੱਧਰ ਆ ਇਹ ਨਾ ਕੀ ਇਹਦਾ
ਬੁਲਕ ਬੁਇਕ ਬੁਇਕ ਪਤਾ ਨਹੀਂ ਕੀ ਹੈ 1940 ਕੰਪਨੀ ਹੈ ਮੇਡ ਇਨ ਯੂਐਸਏ 1946 ਦੀ ਹੈ ਹਾਂ ਆਪਾਂ ਵਾਈ ਸੀਡੀਆਂ ਹੀ ਨਹੀਂ ਦੇਖਦੇ ਹੁੰਦੇ ਸੀ ਬਈ ਉਹੀ ਆ ਗੱਡੀ ਇਹ ਜਿਹੜੀ ਇੱਕ ਸੈਡਾਂ ਤੋਂ ਅੱਗ ਨਹੀਂ ਕੱਢਦੀ ਹੁੰਦੀ ਸੀ ਹਨਾ ਵਾਈ ਸੀਡੀ ਜਿੰਦੀ ਸੈਡਾਂ ਤੋਂ ਅੱਗ ਕੱਢਦੀ ਹੁੰਦੀ ਸੀ ਤੋ ਦੇਖੋ ਧਿਆਨ ਨਾਲ 1930 ਦੀ ਹਾਂ ਫੋਰਡ ਦੀ ਅੱਛਾ 16 ਗੇਲਨ ਦਾ ਹੈਗਾ 3 ਪਲੱਸ 1 ਮੈਨੂਅਲ ਕਿਆ ਬਾਤ ਹੈ ਤਿੰਨੀ ਆ ਇੱਕ ਰਿਵਰਸ ਆਹਾਂ ਫੋਰਡ ਐਵੇਂ ਕਹਿੰਦੇ ਆ ਫੋਰਡ ਐਵੇਂ ਕਹਿੰਦੇ ਆ ਫੋਰਡ ਕੋਡ ਆ ਵੀ ਹੈਗਾ ਹੀ ਆ ਕੈਂਡਲ ਨਾਲ ਸਟਾਰਟ ਹੁੰਦੀ ਆ ਪੁਲੀ ਮਾਰ ਕੇ ਹਾਂ ਭਾਈ ਇੱਥੋਂ ਪੈਂਦੀ ਆ ਪੁਲੀ ਉਹਦੇ ਅੰਦਰ ਨੂੰ ਇੰਨਾ ਤਾਂ ਫਿਰ ਉਹ ਕਿਧਰੇ ਰੋਲਸ ਰੋਇਸ ਜਾਣੇ ਰੋਲਸ ਰੋਇਸ ਯਾ ਜੈਗੁਆਰ ਆ ਜੈਗੁਆਰ ਆ ਨਾ ਹਾਂ ਅੱਛਾ ਮੈਨੂੰ ਆਹ ਪੁਰਾਣਾ ਅੱਛਾ ਆਹ ਦੇ ਆਹ ਲੱਗਿਆ ਹੋਇਆ ਕੱਢ ਲੈਗਦਾ ਆਪਾਂ ਕਹਿ ਦਿੰਦੇ ਹਾਂ ਬਈ ਐਮ ਜੀ ਨਵੀਂ ਆ ਗਈ ਗੱਡੀ ਤੁਸੀਂ ਆਹ ਫੋਟੋ ਦੇਖੋ ਕਿ ਰਾਹ ਪਤਾ ਨਹੀਂ ਕਦ ਕਦੀ ਹੋ ਐਮ ਜੀ ਹੈਕਟਰ ਹਾਂ ਐਮ ਜੀ ਦੀਆਂ ਨੇ ਆਪਾਂ ਕਹਿ ਦਿੰਦੇ ਹਾਂ ਐਮ ਜੀ ਨਵੀਂ ਆ ਗਈ ਉਹ ਦੇਖੋ ਐਵੇਂ ਨਹੀਂ ਐਡੀ ਲਗਜ਼ਰੀ ਗੱਡੀ ਆ ਉਹ ਪੂਰੀ ਘੈਂਟ ਆ ਦੇਖੋ ਕਦੀ ਆ ਗੱਡੀ ਆ ਉਹਨਾਂ ਦੇ ਬਰਾਬਰ ਦੀ ਹੋਣੀ ਹੈ ਵੀ ਦਾ ਦੇ ਐਮ ਜੀ ਕਰਦੀ ਇਹ ਤਾਂ ਐਮ ਜੀ ਵਾਲੇ ਮੈਨੂੰ ਲੱਗਦਾ ਧੱਕੇ ਨਾਲ ਪਾ ਕੇ ਗਏ ਆ ਇੱਥੇ ਵੀ ਸਾਡੀ ਮਸ਼ਹੂਰੀ ਕਰੋ ਅਸੀਂ ਬਹੁਤ ਪੁਰਾਣੇ ਹਾਂ ਪੜੋ ਇਹਦਾ 1947 ਦੀ ਬੱਸ ਸ਼ੈਵਰਲੇ ਦੀ ਦੇਖੋ ਖੜਾ ਛੋਟਾ ਇੱਧਰ ਦੇਖੋ ਇੱਧਰ ਆਓ ਦੇਖੋ ਤੁਸੀਂ ਉਹ ਮੈਂ ਇੱਧਰ ਦਿਖਾ ਦਿੰਦਾ ਆਹ ਵਾ ਟਰੱਕ ਛੋਟਾ ਹਨਾ ਪਬਲਿਕ ਸਕੂਲ ਬੱਸ ਸੀ ਕਿੱਥੇ ਲੱਗੇ ਅੱਛਾ ਕੀ ਬਾਤ ਹੈ ਜਮਾਰ ਕਿਹੜਾ ਹੋਣਾ ਨਾ ਬਾਈ ਇਹ ਹੋਊ ਕਿੱਥੇ ਭਾਸ਼ਾ ਤਾਂ ਇੱਧਰ ਦੀ ਲੱਗਦੀ ਹੈ ਨਾ ਕਿਤੋਂ ਦੀ ਇੰਪੋਰਟ ਇੰਪਾਰਟ ਹੋਈ ਹੋਊਗੀ ਹਾਂ ਕਿਊਟ ਗੱਡੀਆਂ ਆ ਗਈਆਂ ਕਿਊਟ ਆ ਦੇਖੋ ਖੜੀ ਇੱਕ ਕਿੱਡੀ ਨਿੱਕੀ ਜੀ ਮਿਨੀ ਕੂਪਰ ਨਹੀਂ ਹੁੰਦੀ ਜਿਵੇਂ ਐਮ ਜੀ ਆ ਖੜੀ ਹੈ ਬਾਈ ਐਮ ਜੀ ਦੀਆਂ ਗੱਡੀਆਂ ਬਹੁਤ ਪੁਰਾਣੀਆਂ ਵੀ ਬਾਕੀ ਸਾਰੇ ਚੀਜ਼ਾਂ ਦੇਖਣ ਨੂੰ ਮਿਲ ਜਾਣੀਆਂ ਭਰਾ ਚੀਜ਼ ਦੇਖੋ ਇਹ ਮੈਂ ਕਹਿੰਦਾ ਪਤਾ ਨੀ ਹਾਂ ਦੇਖੋ ਮਾਰੋ ਗਰਾਂ ਨੇ ਇਹ ਨੀ ਲੱਭਣੀ ਆ ਰੋਲਸ ਰੋਇਸ ਤਾਂ ਬਹੁਤ ਜਗ੍ਹਾ ਖੜੀਆਂ ਹੋਣਗੀਆਂ ਬਾਹਰ ਵੀ ਖੜੀਆਂ ਹੋਣਗੀਆਂ ਕਿਆ ਬਾਤ ਹੈ ਨਾਲੇ ਓਰਿਜਨਲ ਅੱਛਾ ਇਹਦੇ ਵੀ ਕਮਾਣੀਆਂ ਲੱਗੀਆਂ ਉਦੋਂ ਟਾਈਮ ਦੀ ਇਹ ਹੋਣੀ ਆ ਫੋਰਚੂਨਰ ਬਾਈ ਜੇ ਰੋਲਸ ਰੋਇਸਾਂ ਲੱਗਾ ਉਦੋਂ ਟਾਈਮ ਦੀਆਂ ਫੋਰਚੂਨਰਾਂ ਹੋਣਗੀਆਂ ਇਹ ਜਦੋਂ ਦੀਆਂ ਹੋਣਗੀਆਂ ਜਾਣੀ ਪਤਾ ਨਹੀਂ ਹੁਣ ਕਿਹੜੀਆਂ ਸਦੀ ਦੀਆਂ ਨੇ ਬਾਕੀ ਆਹ ਚੀਜ਼ਾਂ ਤਾਂ ਚੱਲ ਨਵੀਆਂ ਨੇ ਆਹ ਪੂਰਾ ਸੋਹਣਾ ਯਾਰ ਸੁਨੱਖਾ ਪੂਰਾ ਉਹ ਗੱਡੀ ਕਿੰਨੀ ਸੋਹਣੀ ਹੈ ਯਾਰ ਇਹ ਕਮਾਣੀਆਂ ਕਮੂਣੀਆਂ ਸਟੀਅਰਿੰਗ ਵਗੈਰਾ ਸਾਰਾ ਕੁਝ ਲੱਗਿਆ ਪਰ ਗੱਡੀ ਹੈ ਕਿੰਨੀ ਸੋਹਣੀ ਹੈ ਇਹ ਡਾਂਗੇ 'ਤੇ ਲਾਊਡ ਕਰਦੇ ਆ ਇਕੱਲੀ ਫੋਟੋ ਕਰਨੀ ਬਣਾਇਆ ਹੋਇਆ ਜਿਹੜਾ ਉਹ ਯਾਰ ਕੁਰਸੀ ਵੀ ਬੜੀ ਪੁਰਾਣੀ ਪਈ ਲੱਗਦੀ ਆ ਤਾਂ ਮੈਨੂੰ ਬੱਲੇ 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 ਉਹਨਾਂ ਹੀ ਉਹਨਾਂ ਪੂਰੀ ਬਾਈ ਸ਼ੀਸ਼ੇ ਪੂਰੀ ਜਿਵੇਂ ਨਾ ਛੋਟੇ ਛੋਟੇ ਮੋਟਰ ਦੇਖੋ ਵਾਈਪਰ ਮੋਟਰ ਲੱਗੀ ਅੰਦਰ ਦੋਨਾਂ ਦੇ ਵਿਚਾਲ ਦੀ ਰੋਡ ਆ ਰੋਡ ਚਲਾਉਂਦੀ ਆ ਸਹੀ ਗੱਲ ਸਹੀ ਤੇ ਜੇ ਤੁਸੀਂ ਇਹਨੂੰ ਸਿੱਟ ਲੈਂਦੇ ਹੋ ਸ਼ੀਸ਼ੇ ਨੂੰ ਮੂਹਰਲੇ ਤਾਂ ਉਹਨਾਂ ਨੇ ਛੋਟੇ ਸ਼ੀਸ਼ੇ ਦਿੱਤੇ ਆ ਵੀ ਸਿਰਫ ਇਕੱਲੇ ਜਿਹੇ ਉਨੇ ਹੀ ਰੱਖਣੇ ਹਾਂ ਉਹ ਸ਼ੀਸ਼ੇ ਕੀ ਬਾਤ ਹੈ ਉਹਦੇ ਬਾਈ ਜਿਵੇਂ ਉਹਨੂੰ ਖੜੇ ਕਰ ਲਓ ਜੇ ਆਹ ਸ਼ੀਸ਼ਾ ਤੁਸੀਂ ਮੂਹਰ ਨੂੰ ਇਦਾਂ ਸੈੱਟ ਰਹੇ ਹੋ ਜਿਵੇਂ ਹੁਣ ਅੱਜ ਕੱਲ੍ਹ ਵਿਲੀਅਮ ਸਿੱਟਦੇ ਆ ਉਹ ਤੋਂ ਬਾਅਦ ਇੱਕ ਹੋਰ ਸ਼ੀਸ਼ਾ ਪਿੱਛੇ ਨਿੱਕਾ ਆ ਵੀ ਬਸ ਅੱਖਾਂ ਨੂੰ ਹਵਾ ਨਾ ਪਵੇ ਬਸ ਲੰਡੀ ਹੋਵੇ ਇਕੱਲੀ ਕੀ ਬਾਤ ਹੈ ਉਹ ਆਹ ਕਨਵਰਟੇਬਲ ਯੂਨਾਈਟਿਡ ਕਿੰਗਡਮ ਬਣ ਗਿਆ ਕਾ ਕਨਵਰਟੇਬਲ ਆ ਛੱਤ ਦੂਜੀ ਆ ਲੈਂਦੀ ਉਹ ਪਿੱਛੇ ਜਾਂਦੀ ਉਹਦੀ ਵੀ ਛੱਤ ਲੱਗ ਗਈ ਪਰ ਹਾਂ ਅੱਜ ਭਾਈ ਛੱਤ ਉਹ ਵੀ ਪਈ ਆ ਉਹ ਤੋਂ ਬਾਅਦ ਪਿੱਛੇ ਤੁਹਾਨੂੰ ਕੱਪੜੇ ਸੁਕਾਉਣ ਨੂੰ ਹੈਂਗ ਦਿੱਤਾ ਗਿਆ ਜਾਲ ਜਿਹਾ ਪਿਆ ਪਿੱਛੇ ਗੱਡੀਆਂ ਬਾਈ ਬਹੁਤ ਘੈਂਟ ਆ ਯਾਰ ਰੂਹ ਖੁਸ਼ ਇੱਥੇ ਪਰ ਪਰਸਨ 400 ਲਾਇਆ ਮੁੱਲ ਪਾ ਗਿਆ ਆਪਾਂ ਪੂਰਾ ਜੀ ਪੂਰਾ ਪਰ ਉੱਥੇ ਕਿਲੇ 'ਤੇ ਨਹੀਂ ਪਿਆ ਕਿਹੜਾ ਜਿਹਾ ਸੀਗੇ ਵੀ ਘੱਟ ਰੁਪਏ ਪਰ ਫਿਰ ਵੀ ਇੰਨਾ ਨਹੀਂ ਹੋ ਸੀਗਾ ਲਓ ਜੀ ਇੱਥੋਂ ਦੀ ਮਸ਼ਹੂਰ ਅਤੇ ਮੇਨ ਚੀਜ਼ ਸਿਟੀ ਪੈਲਸ ਆ ਚੁੱਕਿਆ ਜੀ ਖਾ ਖੂ ਕੇ 3:20 ਹੋ ਗਏ ਨੇ ਅਤੇ ਇੱਥੇ ਹੁਣ ਬੰਦੇ ਦੀ ਟਿਕਟ ਤਾਂ ਪਤਾ ਲੱਗੂ ਕਿੰਨੀ ਆ ਇਹਦੇ ਉਰਾ ਗਿਆ ਹੋਇਆ ਬਾਕੀ ਗੱਡੀ ਦੀ ਪਾਰਕਿੰਗ ਹੈਗੀ ਆ 350 ਰੁਪਇਆ ਸਿਟੀ ਪੈਲਸ ਦੇ ਅੰਦਰ ਸਾਨੂੰ ਪਤਾ ਨਹੀਂ ਸੀ ਅਸੀਂ ਬਾਹਰ ਲਾਏ ਹੋਣੀ ਸੀ ਨਹੀਂ ਅਤੇ ਪਰ ਇਹ ਕਹਿੰਦੇ ਅੰਦਰ ਆਉਣਾ 350 ਦੀ ਆ ਉਹ ਲੱਗੇ ਆ ਬੈਰੀਅਰ ਬੁਰੀਅਰ ਜੇ ਅੰਦਰ ਹੀ ਜਾਣਾ ਬਸ ਅਸੀਂ ਅਤੇ ਟਿਕਟ ਲੈਣ ਗਿਆ ਹੋਇਆ ਵੀਰਾ ਦਿੰਦੇ ਆ ਬੰਦੇ ਇੱਧਰ ਉੱਧਰ ਗਿਆ ਵੀਰਾ ਉਹ ਖੜਾ ਸਾਹਮਣੇ ਚੱਲਦੇ ਅੰਦਰ ਦਿਖਾਉਂਦੇ ਤੁਹਾਨੂੰ
ਹੈ ਜੀ ਸਿਟੀ ਪੈਲਸ ਕਹਿ ਦਿੰਦੇ ਗਰਾਰੀ 1 2 3 ਗਿਣਤੀ ਦੀਆਂ ਤਿੰਨ ਗੱਡੀਆਂ ਖੜੀਆਂ 350 ਲਾ ਲਾ ਕੇ ਬਾਹਰ ਪਾਰਕਿੰਗ ਲਗਭਗ ਫ੍ਰੀ ਹੈ ਰੋਡ ਦੇ ਉੱਤੇ ਗੱਡੀ ਖੜੀ ਜਾਂਦੀ ਹੈ ਬਸ ਗਰਾਰੀ ਸੀ ਵੀ ਗਰਾਰੀ ਕਾਦੀ ਮੱਲੋ ਮੱਲੀ ਆ ਗਏ ਤੇ ਅਸੀਂ ਕੁਝ ਨਹੀਂ ਕਰਾਇਆ ਹੈਗਾ ਸਿੱਧਾ ਅੰਦਰ ਆ ਵਜੇ ਵੀ ਗੱਡੀ ਤਾਂ ਹੁਣ ਅੰਦਰ ਹੀ ਲੱਗੂਗੀ ਸਿਰਫ ਤਿੰਨ ਗੱਡੀਆਂ ਖੜੀਆਂ ਨੇ ਕੁਝ ਨਹੀਂ ਹੈਗਾ ਹੋਰ मेन एंट्रेंस गेट देखो क्या बात है गेट वाली यार निगाह मारो गेट है किड्डा बड़ा किड्डे किड्डे कंडे इधर सी जी घोड़े अच्छा 2011 ਦਾ ਜਨਮ ਹੋਦਾ ਹਾਂ ਬਾਦਲ ਸੀਗੀ ਬਾਦਲ ਕੋਲ ਆ ਹੁਣ ਇਹ ਹੁਣ ਦੀ ਟਾਈਮ ਚ ਬਾਦਲ ਕੋਲ ਆ ਇਹ ਜਿਹੜਾ ਇੱਥੇ ਬੰਨਿਆ ਹੁੰਦਾ ਹੀ ਹੰਸ ਰਾਜ ਕੀ ਬਾਤ ਹੈ ਐਂਟਰੀ ਐਂਟਰੀ ਦੇਖੋ ਤਾਂ ਨੂੰ ਕੁੰਡੇ ਦੇਖੋ ਸਾਈਡਾਂ ਦੇ 35 ਕਿਲੋ ਮਹਾਰਾਣਾ ਪ੍ਰਤਾਪ ਨੇ ਪਾਇਆ ਹੁੰਦਾ ਜਿਹੜਾ डाकिया पिंजरे ने जो टाइम डाक लेके जाते घोड़िया शकीन है पूरा देखो फोटो आदि गिलास बड़ी दूर लगे आगे वाले कमरे में ना है तस्वीरें लेना कहने इतने तस्वीर लेना मना है हाँ हाँ ही इन्होंने शीशे हालाते भी हाथ ना लग सके किसी का कोई उत्ते देखो हाँ देख लो भाई मिट्टी के तेल ना पखे चलती किसी टाइम और चलता थले मिट्टी का तेल पैंता हो गई साइया सुइया टेबल के लैंप होंगे ये वो काफ़ी पुराना कोई ताज होटल पैलेस इन्हू कोई भी राह नहीं है सिर्फ पानी चो सी पर दिल्ली अटैक तो बाद बंद करता हूँ कोई एंट्री नहीं हैगी देखो बस कैश्तियां ही एंट्रियां फिर दिया ने कैश्तियां पूरा एन साइड ते पानी पानी है सारे पास यो है बायो जोधपुर 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 फिर रहे हैं हाथी हैं जिधर ताज पैलेस है हाँ है का राजी दाई है हाँ पर उन्हें लीज करता जिधर बॉम्बे ताज है अच्छा। क्योंकि ज्यादातर इंडिया के बच्चे जिन्हें भी ताज होटल आ वो हाँ। ताज होटल वाले को ही लीज दे रहे हो ओके ਤਾਂ ਹੀ ਬੰਦ ਕਰਤਾ ਉਹਨੇ ਹੁਣ ਇੱਥੇ ਹੈ ਨਹੀਂ ਬੰਬੇ ਅਟੈਕ ਤੋਂ ਬਾਅਦ ਬੰਦ ਕਰਤਾ ਪਹਿਲਾਂ ਉੱਤੇ ਇਹ ਰੈਸਟੋਰੈਂਟ ਹੁੰਦਾ ਸੀ ਖਾਣਾ ਪੀਣਾ ਹੁੰਦਾ ਸੀ ਇਹਦੇ ਸਾਰਾ ਕੁਝ ਹੁਣ ਬੰਦ ਹੋ ਗਿਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਪਾਣੀ ਦੇ ਵਿੱਚ ਵਿਚਾਲੇ ਸੀਗਾ ਜਿਹੜਾ ਪਾਣੀ ਜਮ ਵਿਚਾਲੇ ਕੋਈ ਰਾਹ ਨਹੀਂ ਹੈਗਾ ਸਿਰਫ ਕਿਸ਼ਤੀਆਂ ਜਾਂਦੀਆਂ ਨੂੰ ਤੁਹਾਨੂੰ ਇੱਥੋਂ ਹੀ ਦਿਖ ਜਾਣਾ ਬੋਟ ਹੀ ਆ ਪਾਣੀ ਪਾਣੀ ਦੂਰ ਤੱਕ ਪਾਣੀ ਪਾਣੀ ਉਹ ਕੀ ਆ तगड़ी शायद हमडे जोधपुर तो सब तो महंगी चीज इतने वोटिंग मैं सब तो महंगी चीज इतने वोटिंग पर परसन 800 रुपया एक बंदे का साढ़ा तिना का 2400 चकता पर जगमंदर आइसलैंड उत्ते लैके जाते हैं उपर जाके छड़ देना 6:30 हुण लास्ट वोट आनी है यार मैनू आ नहीं पता लग्या की पिया बचाले ये वोट आ
ਬੋਟ ਆ ਆ ਵਾ ਤਾਜ ਆ ਤਾਜ ਆ ਬਈ ਬੰਬੇ ਵਾਲਾ ਤਾਜ ਵਾਲੇ ਲੀਜ਼ ਕਰ ਦੇ ਹੈਗਾ ਰਾਜੇ ਦਾ ਹੀ ਆ ਹਲੇ देखो जरा पूरा एन कंडे ते महंगी सारी 200 रुपए पर परसन होंगी है ना उत्थे सीगी 800 रुपये एक बंदे की थोड़े टाइम नहीं थोड़े तो आ जिन्ने टाइम मर्जी भी रहो इत उ जमें घट बहुत सी हाले इधर बहुत घट आ हाँ रेस्टोरेंट आए भाई वो उतों इतने आने का इतने कोई होर मैं कहना वोट भी नहीं आती है ना प्राइवेट वोट नहीं आ सकती इतने सिर्फ और सिर्फ वो महल तो महल वाले की वोटिंग ही आती है उतों डायरेक्ट मिलती है आही टिकट मैं कहना घट्टो घट नहीं 2-3 हज़ार तक पहुँच जानी क्रिसमस से आ तैयारियां चलदिया पे दरख्त दरुख्त यार पूरे खड़े आ इतने थले पत्थर मेरे हो कह रहे थे पत्थर उ थले बाकी सारा जे इत्थे तुसी कुछ खा रहे हो अगे सग वाले बंद बार बूर हो गई बाकी चलो असी तो इंजॉय कर लिया हम इतने डिनर की तैयारी हो चुकी है तो असी तो चलो खा पी लिया इतने बैठे बैठे ने आपका कुछ ना कुछ करके महंगा बहुत है पर जलसा इतने रेट चक्की हुआ इन्होंने है ना पर जेडे व्यू च बई नज़ारे है ना वो देखो अंदर तो कुछ खास वैसे इन्ना भी नहीं ठीक आ बंदा इन्नी दूर आया वा कुछ यहोजा करियाना का चल सड़ा फायदा भी किया खाना भी ना तो डिनर डिनर की गल करते डिनर हैगा इतने भाई 2500 पर परसन आ जिमें बहरों तुम वोट लेके आओ तो वोट लेके आँदी आ वोट छड के भी आँदी है वापस तो बफे बिच इंकलूडेड 2500 पर परसन आ लाइटा लुटा का वा है उत्थे उत्ते लाइटा लुटा देखो बाय 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 होटल कर दी बाय बाय वेलकम टू कितने बुड़ गई क्या बात है चल खड़ जाओ इतने चक वही मित्रों सारा खाली हो गया कली खड़ी है बुक दी कुछ नहीं कली हुई एक गड्डी सी बस और कुछ नहीं लाई नहीं खास बाकी असं हूँ हो गए वेले भाई आ जगह यार है बहुत दूर आ पंजाब तो चल आने की कोई बड़ी गल नहीं जे किसी ने आना भी हो इन दे हाथी बनने की जगह वा हाथी पैदे इतने हो गए गेट भरे हो गए आ भी खुलू ए भी खुलू
अगे भी स्टॉप साइन कोई गड्डी अंदर नहीं आ सकती करके सब मैं तो अज पता लग गया वीडियो सीधी भी है कुछ माने जाए बड़ी चिट्टी चिट्टी वीडियो बन रही तो बड़े आ मोड़ मारे जो है बच्चा जी मुझे पता नहीं ध्यान नहीं दिता कभी तो चलो आप उतों निकले हैं बई अपने तो बहुत बड़ा यार ये सारा चीज सरे आ गाला गुला निकले नहीं सॉरी जब गाल तक आदि होंगी तो एक होंगे गल कर अपना पंजाबी है ना जो कहते हैं जी चलो हूँ आया गल भी वीडियो अपनी लंबी ना हो करके मैं वीडियो कर जा रहा समाप्त उदयपुर उदयपुर भाई अपना एक डीपी तो गल हुई सी पहला बीरे ने कहा भी कहना मैं पूछा मैं क्या भी अपने उदयपुर के बच्चे घूमन की आ उही गल चलन लग गई कि कहना मैं भी उदयपुर से मैं घूमन की आ बीरा कहना भी द ब्यूटीफुल सिटी ऑफ राजस्थान अज मन गए जोड़ा व्यू आना एक परे ताज होटल हो गया जोड़ा ताज अपने टाटा है ना टाटा जोड़ा टाटा टाटा रतन टाटा उन्होंने तो चलो उस चल बाली महंगी गल् ने 30,000 का रूम आ स्टार्टिंग ताज थोनू पता ही फिर ताज तो ताज ही आ चीज़ा चलो एक पासे है ना घेंट ने बाकी जो अभी गए थे पता नहीं की यार ना सर मैं भुल गया हम तुम दस ही है पिछे है ना तो उतों व्यू आ किले का बहुत सोहना हों वा तो इतों ओदा व्यू बहुत सोहना हों हूँ इतने का मैं कहना ये चीज़ से तो ना नहीं होना चीज़ों का यह तो चल इतने का वा महाराजा ऑफ मेवर एक मिनट नेरा वीडियो के बच्चे किन्ना चानना बई नेरा पिया अज मैं कोई नवी चीज़ क्ढी है फोन चो भी जो जिन्ना चानना मार रही है मेरे पार्किंग एट ओनर रिस्क चुको भी वेस्टर कॉफी क्या बात है तो सिटी पैलेस इन्हों सिटी पैलेस कहते हज भाई मैं भुल गया सीगा चलो ठीक है भाई जी वीडियो मैं आप भी बहुत लंबी कर गया वीडियो कर दें उसकी समाप्त थोड़ा मिलते अपना नवी वीडियो के आई शहर के लुटन नज़ारे कर असं भी लुट रहे हैं।